ਤੁਸੀਂ ਕਿਸੇ ਨਾ ਕਿਸੇ ਪੰਜਾਬੀ ਗਾਣੇ ਦੇ ਵਿੱਚ ਇਹ ਵਾਲੀ ਗੱਡੀ ਤਾਂ ਜ਼ਰੂਰ ਦੇਖੀ ਹੋਊਗੀ ਚਲੋ ਬਾਕੀ ਗਾਣਿਆਂ ਦੀ ਗੱਲ ਛੱਡਦੇ ਹਾਂ ਪਰ ਸਿੱਧੂ ਬਾਈ ਦਾ ਸੋਹਾ ਹੀ ਗਾਣਾ ਤਾਂ ਆਪਾਂ ਸਾਰਿਆਂ ਨੇ ਸੁਣਿਆ ਉਸ ਗਾਣੇ 'ਚ ਇਸ ਗੱਡੀ ਨੂੰ ਦਿਖਾਇਆ ਗਿਆ ਤੇ ਸਿੱਧੂ ਬਾਈ ਨੇ ਇਸ ਗੱਡੀ ਦਾ ਜ਼ਿਕਰ ਵੀ ਕੀਤਾ ਸੀ ਹਾਂਜੀ ਇਸ ਗੱਡੀ ਦਾ ਨਾਮ ਲੋ ਰਾਈਡਰ ਹੈ ਤੇ ਲੋ ਰਾਈਡਰ ਤੇ ਪੰਜਾਬੀ ਗਾਣੇ ਵੀ ਬਣ ਚੁੱਕੇ ਨੇ ਪਰ ਇਹ ਪੰਜਾਬੀ ਗਾਣਿਆਂ ਦੇ ਵਿੱਚ ਅਚਾਨਕ ਨਹੀਂ ਆਏ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਪੰਜਾਬੀ ਗਾਣੇ ਸੁਣੀਏ ਜਾਂ ਉਹਨਾਂ ਦੀ ਵੀਡੀਓ ਦੇਖੀਏ ਉਹਨਾਂ ਪੰਜਾਬੀ ਗਾਣਿਆਂ ਦੇ ਵਿੱਚ ਘੋੜਿਆਂ ਦਾ ਜ਼ਿਕਰ ਹੁੰਦਾ ਸੀ ਘੋੜਿਆਂ ਨੂੰ ਯੂਜ਼ ਕੀਤਾ ਜਾਂਦਾ ਸੀ ਵੀਡੀਓ ਦੇ ਵਿੱਚ ਤੇ ਉਦੋਂ ਵੀਡੀਓ ਦੇ ਵਿੱਚ ਘੋੜਿਆਂ ਨੂੰ ਕਿਉਂ ਲਿਆ ਜਾਂਦਾ ਸੀ ਤੇ ਇਹ ਲੋ ਰਾਈਡਰ ਗੱਡੀ ਪੰਜਾਬੀ ਗਾਣਿਆਂ ਦੇ ਵਿੱਚ ਕਿਵੇਂ ਐਂਟਰ ਕੀਤੀ ਸੋ ਇਸ ਵੀਡੀਓ ਦੇ ਵਿੱਚ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਪਹਿਲਾਂ ਜਿਹੜੇ ਪੰਜਾਬੀ ਗਾਣੇ ਆਉਂਦੇ ਸੀ ਉਹਨਾਂ ਦੇ ਵਿੱਚ ਜ਼ਿਕਰ ਹੁੰਦਾ ਸੀ ਅਸਲੀ ਕਹਾਣੀ ਦਾ ਅਸਲੀ ਘਟਨਾ ਦਾ ਯਾਨੀ ਕਿ ਸੁੱਚਾ ਜ਼ੁਰਮਾ ਦੀ ਕਹਾਣੀ ਹੁੰਦੀ ਸੀ ਜੋਣਾ ਮੋੜ ਦੀ ਕਹਾਣੀ ਹੁੰਦੀ ਸੀ ਸੋ ਇਸੇ ਕਰਕੇ ਕਈ ਪੁਰਾਣੇ ਪੰਜਾਬੀ ਗਾਣਿਆਂ ਦੇ ਵਿੱਚ ਆਪਾਂ ਨੂੰ ਘੋੜੇ ਦੇਖਣ ਨੂੰ ਮਿਲਦੇ ਨੇ ਤੇ ਇੱਥੋਂ ਤੱਕ ਕਿ ਸਿੰਗਰ ਉਸ ਕੈਰੈਕਟਰ ਨੂੰ ਪਲੇ ਵੀ ਕਰਦਾ ਸੀ ਜਿਸ ਦਾ ਜ਼ਿਕਰ ਹੁੰਦਾ ਸੀ ਗਾਣੇ ਦੇ ਵਿੱਚ ਪਰ ਆਪਣੇ ਪੰਜਾਬੀ ਗਾਣਿਆਂ ਦੇ ਵਿੱਚ ਕਾਰਾਂ ਗੱਡੀਆਂ ਤੇ ਲੋ ਰਾਈਡਰ ਦਾ ਜ਼ਿਕਰ ਹਿਪ ਹੌਪ ਕਲਚਰ ਤੋਂ ਦੇਖ ਕੇ ਹੋਇਆ ਜੇਕਰ ਆਪਾਂ ਲੋ ਰਾਈਡਰ ਦੀ ਗੱਲ ਕਰੀਏ ਤਾਂ 1940 ਤੇ 50 ਦੇ ਵਿੱਚ ਵਿੱਚ ਇਹਦੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਇਹ ਗੱਡੀ 1990 ਦੇ ਵਿੱਚ ਸਭ ਤੋਂ ਜ਼ਿਆਦਾ ਫੇਮਸ ਹੋਈ ਕਿਉਂਕਿ ਇਸ ਤੋਂ ਪਹਿਲਾਂ ਇਹਨੂੰ ਸਿਰਫ ਅਮਰੀਕਾ ਚ ਮਿਊਜ਼ਿਕ ਵੀਡੀਓ ਚ ਵਰਤੇ ਜਾਂਦਾ ਸੀ ਪਰ 2009 ਦੇ ਵਿੱਚ ਆਉਂਦੇ-ਆਉਂਦੇ ਇਹ ਗੱਡੀ ਸਾਰਿਆਂ ਦੇ ਵਿੱਚ ਫੇਮਸ ਹੋ ਗਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹਦੇ ਟਾਇਰ ਬਿਲਕੁਲ ਛੋਟੇ ਹੁੰਦੇ ਨੇ ਤੇ ਇਦਾਂ ਲੱਗਦਾ ਕਿ ਇਹਦੀ ਬਾਡੀ ਬਿਲਕੁਲ ਧਰਤੀ ਦੇ ਨਾਲ ਟੱਚ ਕਰ ਰਹੀ ਹੈ ਤੇ ਲੋਅ ਰਾਈਡਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇੱਕ ਟਾਇਰ ਤੋਂ ਚੱਕ ਕੇ ਵੀ ਤੁਰ ਸਕਦੀ ਹੈ ਤੇ ਇਹਦੇ ਅਗਲੇ ਦੋਨੇ ਟਾਇਰ ਵੀ ਉੱਪਰ ਚੱਕੇ ਜਾ ਸਕਦੇ ਨੇ ਤੇ ਗੱਡੀ ਦਾ ਅਗਲਾ ਪਾਸਾ ਉੱਪਰ ਚੱਕਣ ਲਈ ਗੱਡੀ ਦੇ ਵਿੱਚ ਸਵਿੱਚ ਲੱਗਿਆ ਹੁੰਦਾ ਤੇ ਸਿੱਧੂ ਬਾਈ ਦੀ ਗੱਲ ਕਰੀਏ ਤਾਂ ਉਹਨਾਂ ਨੇ ਵਿੱਚ ਤਾਂ ਪਪਾ ਨੂੰ ਹਿਪ ਹੌਪ ਵਾਲੀ ਫੀਲ ਆ ਰਹੀ ਸੀ ਪਲੱਸ ਉਹਦੇ ਲਿਰਿਕਸ ਦੇ ਵਿੱਚ ਤੇ ਉਹਦੀ ਮਿਊਜ਼ਿਕ ਵੀਡੀਓ ਦੇ ਵਿੱਚ ਵੀ ਤੇ ਬਾਈ ਨੇ ਇਸ ਗਾਣੇ ਦੇ ਵਿੱਚ ਇਸ ਗੱਡੀ ਦਾ ਵੀ ਜ਼ਿਕਰ ਕੀਤਾ ਸੀ ਕਿ ਲੋਅ ਰਾਈਡਰ ਸੜਕੀ ਉੱਤੇ ਜੰਪ ਕਰਦੀ ਲੋਅ ਰਾਈਡਰ ਸੜਕੀ ਉੱਤੇ ਜੰਪ ਕਰਦੀ ਓਦੋਂ ਬਾਅਦ ਗਿੱਪੀ ਗਰਵਾਲ ਦੇ ਕਾਰ ਨੱਚ ਦੀ ਗਾਣੇ ਚ ਵੀ ਦੇਖੀ ਗਈ ਸੀ ਏਕੇ ਦਾ ਵੀ ਗਾਣਾ ਆਇਆ ਸੀ ਲੋਅ ਰਾਈਡਰ ਤੇ ਹੁਣ ਰੀਸੈਂਟਲੀ ਵਾਜਰ ਪਾਤਰ ਬਾਈ ਦੇ ਗਾਣਿਆਂ ਚ ਵੀ ਦੇਖਣ ਨੂੰ ਮਿਲਦੀ ਹੈ ਵਾਜਰ ਬਾਈ ਨੇ ਆਪਣੇ ਗਾਣੇ ਚ ਵੀ ਜ਼ਿਕਰ ਕੀਤਾ ਸੀ ਕਿ ਮਾਰਦੀ ਇੰਪਾਲਾ ਸ਼ਾਲਨੀ ਬਾਕੀ ਇਹ ਗੱਡੀ ਕਈ ਕੰਟਰੀਜ਼ ਦੇ ਵਿੱਚ ਬੈਨ ਵੀ ਹੈ ਪਰ ਇਹਨੂੰ ਸਿਰਫ ਸ਼ੋਅ ਆਫ ਵਾਸਤੇ ਜਾਂ 뮤ਜ਼ਿਕ ਵੀਡੀਓ ਵਾਸਤੇ ਹੀ ਜ਼ਿਆਦਾਤਰ ਵਰਤਿਆ ਜਾਂਦਾ ਹੈ ਨੋਰਮਲੀ ਆਪਾਂ ਸਫਰ ਨਹੀਂ ਕਰ ਸਕਦੇ ਇਹਦੇ ਨਾਲ ਤੇ ਇਹਦਾ ਕੋਈ ਜ਼ਿਆਦਾ ਬੈਨੀਫਿਟ ਵੀ ਨਹੀਂ ਹੁੰਦਾ ਬਾਕੀ ਮੈਨੂੰ ਤਾਂ ਇਹ ਗੱਡੀ ਬਹੁਤ ਕੈਂਟ ਲੱਗਦੀ ਹੈ ਆਪਣੇ ਪੰਜਾਬੀ ਗਾਣਿਆਂ ਚ ਯੂਜ਼ ਹੁੰਦੀ ਹੈ ਤੇ ਥੋੜੀ ਅਲੱਗ ਜਿਹੀ ਵਾਈਬ ਆਉਂਦੀ ਹੈ 뮤ਜ਼ਿਕ ਵੀਡੀਓ ਨੂੰ ਦੇਖ ਕੇ